ਇਰਾਨੀ ਸੂਫੀ ਸੰਤ ਸ਼ੇਖ ਸਾਦੀ ਸਾਹਿਬ ਕਿਹਾ ਕਰਦੇ ਨੇ, ਮੈਂ ਅਕਸਰ ਸੁਣਨ ਦਾ ਹੁੰਦਾ, ਉਹ ਕਹਿੰਦਾ ਦਰ ਜਵਾਨੀ ਤੌਬਾ ਕਰਦਨ ਸੀਰਤ ਏ ਪੈਗੰਬਰੀ। ਜਿਹੜਾ ਮਨੁੱਖ ਜਵਾਨੀ ਵਿੱਚ ਗੁਨਾਹਾਂ ਤੋਂ ਤੌਬਾ ਕਰੇ, ਜਵਾਨੀ 'ਚ ਚੜ੍ਹਦੀ ਜਵਾਨੀ ਹੈ, ਅਤੇ ਆਖੇ ਮੈਂ ਪਰ ਤਨ ਪਰ ਧਨ ਇਸ ਦੀ ਪਕੜ ਨਹੀਂ ਰੱਖਣੀ, ਵਾਸ਼ਨਾ ਭਰੀ ਨਿਗਾਹ ਨਾਲ ਮੈਂ ਪਰ ਤਨ ਨਹੀਂ ਵੇਖਣਾ, ਲੋਭ ਭਰੀ ਦ੍ਰਿਸ਼ਟੀ ਨਾਲ ਮੈਂ ਪਰ ਧਨ ਨਹੀਂ ਵੇਖਣਾ। ਅਗਰ ਇਸ ਤਰ੍ਹਾਂ ਗੁਨਾਹਾਂ ਤੋਂ ਤੌਬਾ ਕਰੇ, ਇਸੇ ਕਰਕੇ ਗੁਨਾਹ ਹੁੰਦੇ, ਜਵਾਨੀ ਵਿੱਚ ਕੋਈ ਗੁਨਾਹਾਂ ਤੋਂ ਤੌਬਾ ਕਰੇ, ਦਰ ਜਵਾਨੀ ਤੌਬਾ ਕਰਦਨ ਸੀਰਤ ਏ ਪੈਗੰਬਰੀ, ਉਹਦੀ ਸੀਰਤ ਪੈਗੰਬਰਾਂ ਜੈਸੀ ਹੈ। ਸ਼ੇਖ ਸਾਦੀ ਸਾਹਿਬ ਕਹਿੰਦੇ ਮੈਂ ਉਹਨੂੰ ਅਵਤਾਰ ਜਾਣ ਕੇ ਪੂਜਣ ਨੂੰ ਤਿਆਰ ਹਾਂ, ਉਹਦਾ ਸੇਵਾ ਉਹਦੀ ਸੀਰਤ ਅਤੇ ਪੈਗੰਬਰਾਂ ਜੈਸੀ ਹੋ ਗਈ। ਦਰ ਜਵਾਨੀ ਤੌਬਾ ਕਰਦਮ ਸੀਰਤ ਏ ਪੈਗੰਬਰੀ। ਜੇ ਬੁੱਢਾ ਬੰਦਾ ਆਖੇ ਮੈਂ ਗੁਨਾਹਾਂ ਤੋਂ ਤੌਬਾ ਕਰਦਾ, ਮੈਂ ਵਾਸ਼ਨਾ ਭਰੀ ਨਿਗਾਹ ਨਾਲ ਕਿਸੇ ਦਾ ਤਨ ਨਹੀਂ ਦੇਖਦਾ, ਮੈਂ ਲੋਭ ਭਰੀ ਦ੍ਰਿਸ਼ਟੀ ਨਾਲ ਕਿਸੇ ਦਾ ਧਨ ਨਹੀਂ ਦੇਖਦਾ, ਮੈਂ ਤੌਬਾ ਕਰ ਰਹੀ। ਸ਼ੇਖ ਸਾਦੀ ਕਹਿੰਦੇ ਮੈਂ ਨਹੀਂ ਮੰਨਦਾ, ਮੈਂ ਨਹੀਂ ਮੰਨਦਾ। ਬਈ ਕਿਉਂ, ਕੀ ਗੱਲ ਹੈ, ਕਿਉਂ ਨਹੀਂ ਮੰਨਦੇ? ਉਹਨਾਂ ਨੇ ਬੜੀ ਪ੍ਰਬਲ ਦਲੀਲ ਦਿੱਤੀ ਹੈ। ਵਕਤੇ ਪੀਰੀ ਗੁਰਗੇ ਜ਼ਾਲਮ ਮੈਂ ਸ਼ਬਦ ਪਰਹੇਜ਼ਗਾਰ। ਪੀਰੀ ਕਹਿੰਦੇ ਨੇ ਬੁਢੇਪੇ ਨੂੰ, ਅਤੇ ਗੁਰਗ ਕਹਿੰਦੇ ਨੇ ਭੇੜੀਏ ਨੂੰ, ਜ਼ਾਲਮ ਭੇੜੀਆ। ਇਹ ਜ਼ਾਲਮ ਭੇੜੀਆ ਇਹ ਆਖੇ ਐ ਭੇੜੋ ਐ ਭੇੜੋ ਮੈਥੋਂ ਡਰੋ ਨਾ, ਬੁੱਢਾ ਬਗਿਆੜ ਇਹ ਜ਼ਾਲਮ ਬੁੱਢਾ ਬਗਿਆੜ ਇਹ ਆਖੇ ਐ ਭੇੜੋ ਮੈਥੋਂ ਡਰੋ ਨਾ, ਮੈਂ ਤੁਹਾਨੂੰ ਪਕੜਨਾ ਛੱਡ ਦਿੱਤਾ ਹੈ। ਸ਼ੇਖ ਸਾਦੀ ਸਾਹਿਬ ਕਹਿੰਦੇ ਨੇ ਇਹਨੇ ਪਕੜਨਾ ਨਹੀਂ ਛੱਡਿਆ, ਇਸ ਕੰਮ ਵਕਤ ਤੋਂ ਪਕੜੀਆਂ ਹੀ ਨਹੀਂ ਜਾਂਦੀਆਂ, ਪਕੜੀਆਂ ਨਹੀਂ, ਇਹਨੇ ਗੁਨਾਹਾਂ ਨੂੰ ਨਹੀਂ ਛੱਡਿਆ, ਗੁਨਾਹ ਇਸ ਤੋਂ ਹੁੰਦੇ ਨੇ, ਗੁਨਾਹ ਇਹ ਕਰ ਨਹੀਂ ਸਕਦਾ। ਗੁਨਾਹਾਂ ਨੇ ਬੈਠਣਾ ਸੀ ਅੱਖਾਂ ਵਿੱਚ, ਹੱਥਾਂ ਵਿੱਚ, ਪੈਰਾਂ ਦੇ, ਜ਼ਬਾਨ 'ਤੇ, ਕੰਨਾਂ ਦੇ, ਨਾਸਕਾਂ ਦੇ, ਇਹ ਤਾਂ ਸਾਰੀਆਂ ਹੀ ਕੁਰਸੀਆਂ ਟੁੱਟੀਆਂ ਪਈਆਂ ਨੇ ਵਿਚਾਰੇ ਗੁਨਾਹ ਬੈਠਣ 'ਤੇ, ਕਿੱਥੇ ਬੈਠਣ, ਕਿਹੜੀ ਥਾਂ 'ਤੇ। ਵਕਤੇ ਪੀਰੀ ਗੁਰਗੇ ਜ਼ਾਲਮ ਮੈਂ ਸ਼ਬਦ ਪਰਹੇਜ਼ਗਾਰ। ਕੋਈ ਪਰਹੇਜ਼ਗਾਰ ਬਣੇ ਬੁਢੇਪੇ 'ਚ, ਭਾਵੇਂ ਬਿਰਦ ਹੋ ਗਿਆ ਹੈ, ਇਹ ਵਾਸ਼ਨਾ ਉਸੇ ਤਰੀਕੇ ਨਾਲ ਹੈ, ਲੋਕ ਉਸੇ ਤਰੀਕੇ। ਚਲਤ ਕਤ ਟੇਡੇ ਟੇਡੇ, ਕਿਉਂ ਇਤਨਾ ਆਕੜ ਕੇ ਚੱਲਦਾ ਪਿਆ, ਜਵਾਨ ਨੂੰ ਕਹਿ ਰਿਹਾ। ਚਲਤ ਕਤ ਟੇਡੇ ਟੇਡੇ ਅਸਤ ਚਰਮ ਬਿਸਤਾ ਕੇ ਮੋਂਡੇ ਦੁਰਗੰਧ ਹੀ ਕੇ ਬੇੜੇ। ਬਿਸ਼ਟਾ ਅਸਤ ਰਗਤ ਪਰੇਟੇ ਚਾਉ, ਉਹ ਇਸ ਉਹ ਪਰਲੇ ਰੱਖਿਓ ਗੁਮਾਨ। ਸਮਾਂ ਹੋਣ ਲੱਗੇ, ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਇੱਕ ਸਲੋਕ ਵੀ ਤੁਹਾਡੇ ਸਾਹਮਣੇ ਰੱਖਾਂ, ਗਾਥਾ ਦਾ। ਕਰਪੂਰ ਪੋਹਬ ਸੁਗੰਧਾ ਪਰਸ਼ ਮਾਨਕ ਦੇਹੰਗ ਮਲੀਣਾ, ਕਪੂਰ ਅਗਰ ਚੰਦਨ ਇਹ ਮਨੁੱਖ ਦੀ ਦੇਹੀ ਨਾਲ ਮਲ ਦੇਈ ਹੈ। ਕੇਸਰ, ਕਪੂਰ, ਅਗਰ ਚੰਦਨ ਇਸਦਾ ਲੇਪਨ ਕਰ ਦੇਈਏ ਮਨੁੱਖ ਦੀ ਕਾਇਆ ਨਾਲ, ਕਪੂਰ ਦਾ, ਚੰਦਨ ਦਾ, ਕੇਸਰ ਦਾ, ਇਹ ਸਾਰੀਆਂ ਚੀਜ਼ਾਂ ਧਾਰਮਿਕ ਤੌਰ 'ਤੇ ਪਵਿੱਤਰ ਮੰਨੀਆਂ ਜਾਂਦੀਆਂ ਨੇ, ਸੁਗੰਧਿਤ ਮੰਨੀਆਂ ਜਾਂਦੀਆਂ ਨੇ, ਲਾਭਕਾਰੀ ਮੰਨੀਆਂ ਨੇ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ। ਕਰਪੂਰ ਪੋਹ ਪੋਹ ਫੁੱਲ, ਫੁੱਲਾਂ ਦੀ ਮਾਲਾ ਗਲਦੇ 'ਚ ਪਾ ਦੇਈਏ। ਕੇਸਰ, ਅਗਰ ਚੰਦਨ ਤਨ 'ਤੇ ਲਾ ਦੇਈਏ। ਕਰਪੂਰ ਕਰਪੂਰ ਅਗ ਹੋਬ ਸੁਗੰਧਾ ਪਰਸ਼ ਮਾਨਕ ਦੇਹੰਗ ਮਲੀਣ, ਮਨੁੱਖ ਦੀ ਦੇਹੀ ਨਾਲ ਸਪਰਸ਼ ਕਰਦਿਆਂ ਕੇਸਰ ਮਹਿਲਾ ਹੋ ਜਾਂਦਾ, ਚੰਦਨ ਮਹਿਲਾ ਹੋ ਜਾਂਦਾ, ਫੁੱਲ ਮਹਿਲੇ ਹੋ ਜਾਂਦੇ।
ਸੁਗੰਧਿਤ ਚੀਜ਼ਾਂ, ਪਵਿੱਤਰ ਚੀਜ਼ਾਂ ਮੈਲੀਆਂ ਹੋ ਜਾਂਦੀਆਂ ਨੇ। ਕਿਉਂ ਮੈਲੀਆਂ ਹੋ ਜਾਂਦੀਆਂ ਨੇ? ਗੁਰੂ ਅਰਜਨ ਦੇਵ ਜੀ ਮਹਾਰਾਜ ਦੂਸਰੀ ਪੰਕਤੀ 'ਚ ਦੱਸਦੇ ਨੇ, ਕਰਪੂਰ ਪੋਹਬ ਸੁਗੰਧਾ ਪਰਸ ਮਾਨਕ ਦੇਹੰ ਮਲੀਣੰ ਮਜਾ ਰੁਦਰ ਦੁਰਗੰਧਾ ਨਾਨਕ ਅਥ ਗਰਬੇਣ ਅਗਿਆਨਣ। ਇਹ ਮੂਰਖ ਅਗਿਆਨੀ ਇਵੇਂ ਮਾਣ ਕਰਦਾ ਹੈ ਕਾਇਆ ਦਾ। ਕਾਇਆ ਕੀ ਹੈ? ਚਰਬੀ, ਖੂਨ, ਦੁਰਗੰਧ ਅਤੇ ਹੱਡੀਆਂ। ਇਹਦੇ ਉੱਤੇ ਕਰਤੇ ਪੁਰਖ ਨੇ ਚਮੜੀ ਲਪੇਟ ਦਿੱਤੀ ਹੈ, ਸਾਰੀ ਦੁਨੀਆ ਚਮੜੀ ਦੇ ਭੁਲੇਖੇ 'ਚ ਹੀ ਰਹਿ ਜਾਂਦੀ ਹੈ। ਬਸ ਕਰਪੂਰ ਪੋਹਬ ਸੁਗੰਧਾ ਪਰਸ ਮਾਨਕ ਦੇਹਨ ਮਲੀਣ ਮਜਾ ਰੁਦਰ ਦੁਰਗੰਧਾ ਨਾਨਕ ਅਥ ਗਰਵੇਣ ਅਗਿਆਨੜੋ। ਭਗਤ ਨਾਮਦੇਵ ਜੀ ਮਹਾਰਾਜ ਸਮਝਾ ਰਹੇ ਨੇ, ਕਾਹੇ ਰੇ ਨਰ ਗਰਭ ਕਰਤ ਹੋ, ਹੇ ਮਨੁੱਖ ਕਿਉਂ ਝੂਠਾ ਹੰਕਾਰ ਕਰਨਾ ਹੈ? ਬਿਨ ਸਜਾਏ ਝੂਠੀ ਦੇ, ਇਹ ਅਪਵਿੱਤਰ ਦੇ ਹੀ ਅੱਜ ਹੈ ਅਤੇ ਕੱਲ ਨਹੀਂ। ਇਹ ਦੁਰਗੰਧ ਹੈ, ਇਹ ਹੱਡੀਆਂ ਹੈ, ਇਹ ਮੈਲ ਹੈ, ਇਹ ਖੂਨ ਹੈ, ਇਹ ਮਾਸ ਹੈ, ਇਹ ਪਾਕ ਨਹੀਂ ਹੋ ਸਕਦੀ। ਖਲੜੀ ਪਾਕ ਅਸੀਂ ਕਰ ਲੈਂਦੇ ਹਾਂ ਰੋਜ਼ ਪਾਣੀ ਨਾਲ ਸਾਬਣ ਨਾਲ, ਕਿਆ ਸਰੀਰ ਦੇ ਅੰਦਰੋਂ ਇਹ ਸਾਰੀ ਸ਼ੁੱਧੀ ਹੋ ਸਕਦੀ ਹੈ ਇਸ ਪਾਣੀ ਨਾਲ ਸਾਬਣ ਨਾਲ? ਕਤਈ। ਦੁਰਗੰਧ ਹੈ, ਮਾਸ ਹੈ, ਬਿਸ਼ਟਾ ਹੈ, ਬਿਸ਼ਟਾ ਅਸਤ ਰਕਤ ਪਰੇਟੇ ਚਾਂ, ਤਾਂ ਇਹ ਬਿਲਕੁਲ ਸ਼ੁੱਧ ਨਹੀਂ ਹੋ ਸਕਦੀ। ਹੋ ਸਕਦੀ ਹੈ ਦੁਰਗੰਧੀ ਸਰੀਰ ਦੀ ਸੁਗੰਧ ਦੇ 'ਚ ਬਦਲ ਜਾਏ, ਇਹ ਵੀ ਮੈਚ ਕਰ ਲਿਆ। ਸਰੀਰ ਦੇ ਅੰਦਰ ਦਾ ਖੂਨ ਅੰਮ੍ਰਿਤ ਬਣ ਜਾਏ, ਅੰਮ੍ਰਿਤ ਬਣ ਜਾਏ। ਕਿਸ ਤਰ੍ਹਾਂ? ਗੁਰਬਾਣੀ ਦਾ ਵਾਕ, ਏਕ ਵਸਤ ਬੂਝੈ ਤਾਂ ਹੋਵੇ ਪਾਕ। ਕਿਧਰੇ ਉਸ ਇੱਕ ਨਾਲ ਜੁੜ ਜਾਵੇ ਅਤੇ ਇੱਕ ਨੂੰ ਸਮਝ ਲਵੇ ਅਤੇ ਇੱਕ ਦੀ ਜੋਤ ਤੇਰੇ ਅੰਦਰ ਪ੍ਰਗਟ ਹੋ ਜਾਏ, ਫਿਰ ਤੂੰ ਪਵਿੱਤਰ ਹੋ ਜਾਏ। ਏਕ ਵਸਤ ਬੂਝੈ ਤਾਂ ਹੋਵੇ ਪਾਕ, ਬਿਨ ਬੂਝੇ ਤੂੰ ਸਦਾ ਨਾ ਪਾਕ। ਕਿਤਨਾ ਤੂੰ ਪਵਿੱਤਰ ਹੋ ਜਾਏਗਾ? ਜਗਤ ਗੁਰੂ ਬਾਬਾ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੱਸਦੇ ਨੇ, ਕੁੰਗੂ ਕੀ ਕਾਇਆ, ਕੇਸਰ ਲਾਉਣ ਦੀ ਲੋੜ ਨਹੀਂ, ਕਾਇਆ ਹੀ ਕੇਸਰ ਹੋ ਜਾਏ। ਇਹਨੂੰ ਕੇਸਰ ਮਲਣ ਦੀ ਲੋੜ ਨਹੀਂ, ਇਹਦੇ ਸਾਹਮਣੇ ਕੇਸਰ ਵੀ ਮੈਨੇ ਨਹੀਂ ਰੱਖੇ, ਇਹਦੀ ਕਾਇਆ ਇਤਨੀ ਪਾਵਨ ਹੋ ਜਾਏਗੀ। ਕੁੰਗੂ ਕੀ ਕਾਇਆ, ਰਤਨਾ ਕੀ ਲਲਤਾ, ਇਹਦੀ ਜ਼ਬਾਨ ਮਾਨੋ ਰਤਨਾ ਨਾਲ ਜੜਤ ਹੋ ਜਾਏ। ਜੋ ਵੀ ਬੋਲ ਹੋਵੇਗਾ ਰਤਨਾ ਤੋਂ ਘੱਟ ਨਹੀਂ। ਅਗਰ ਵਾਸ ਤਨ ਸਾਸ, ਉਹਦੇ ਸਵਾਸਾਂ ਵਿੱਚ ਬਦਬੋ ਨਹੀਂ ਹੋਵੇ, ਚੰਦਨ ਦੀ ਮਹਿਕ ਹੋਵੇ। ਇਹ ਗੁਰੂ ਨਾਨਕ ਦੀ ਪੰਕਤੀ ਹੈ।